ਤਾਂ ਦੱਸ ਕੇ ਗੰਗਾ ਨਦੀ ਦੇ ਵਿੱਚ ਦੋ ਕਾਵੜੀਏ ਡੁੱਬ ਗਏ ਸੀ, ਜਿਸ ਤੋਂ ਬਾਅਦ ਇਹਨਾਂ ਦਾ ਰੈਸਕਿਊ ਕੀਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ SDRF ਦੀ ਟੀਮ ਦੇ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਗੰਗਾ ਜਲ ਲੈਣ ਦੇ ਲਈ ਇਹ ਨੌਜਵਾਨ ਗੰਗਾ ਨਦੀ ਦੇ ਵਿੱਚ ਉਤਰੇ ਸੀ, ਤਾਂ ਸੰਤੁਲਨ ਵਿਗੜਨ ਤੋਂ ਬਾਅਦ ਇਹ ਪਾਣੀ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ, ਜਿਸ ਤੋਂ ਬਾਅਦ ਇਹ ਨਦੀ ਦੇ ਵਿੱਚ ਰੁੜਦੇ ਜਾਂਦੇ ਨੇ। ਤਾਂ ਇਹਨਾਂ ਨੂੰ ਡੁੱਬਦਾ ਵੇਖ ਕੇ SDRF ਦੀ ਟੀਮ ਤੁਰੰਤ ਪਾਣੀ ਦੇ ਵਿੱਚ ਉਤਰਦੀ ਹੈ ਅਤੇ ਇਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਹਰਿਦੁਆਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਆਏ ਸਾਲ ਵੱਡੀ ਮਾਤਰਾ ਦੇ ਵਿੱਚ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਕਾਵੜੀਏ ਆਉਂਦੇ ਨੇ। ਤਾਂ ਇਸੇ ਦੌਰਾਨ ਇਹ ਦੋ ਨੌਜਵਾਨ ਸੀ ਜਿਹੜੇ ਗੰਗਾ ਜਲ ਲੈਣ ਦੇ ਲਈ ਨਦੀ ਦੇ ਵਿੱਚ ਉਤਰਦੇ ਨੇ, ਤਾਂ ਇਸੇ ਦੌਰਾਨ ਇਹਨਾਂ ਦਾ ਪੈਰ ਫਿਸਲਦਾ ਹੈ ਅਤੇ ਫਿਰ ਇਹ ਨਦੀ ਦੇ ਵਿੱਚ ਰੁੜਦੇ ਜਾਂਦੇ ਨੇ। ਤਾਂ ਮੌਕਾ ਵੇਖ ਕੇ SDRF ਦੀ ਟੀਮ ਵੱਲੋਂ ਤੁਰੰਤ ਇਹਨਾਂ ਦਾ ਰੈਸਕਿਊ ਕੀਤਾ ਗਿਆ ਅਤੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ। ਤਾਂ ਪਾਣੀ ਦੇ ਵਹਾਅ ਦੇ ਨਾਲ ਇਹ ਰੁੜਦੇ ਜਾਂਦੇ ਨੇ। ਤਾਂ SDRF ਦੀ ਟੀਮ ਚੁਕੰਨੀ ਸੀ, ਤਾਂ ਜਿਵੇਂ ਹੀ ਇਹਨਾਂ ਨੂੰ ਡੁੱਬਦਾ ਵੇਖਿਆ ਤਾਂ ਤੁਰੰਤ ਉਹ ਵੀ ਪਾਣੀ ਦੇ ਵਿੱਚ ਉਤਰਦੇ ਨੇ ਅਤੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ।